ਸਤਿ ਸ਼੍ਰੀ ਅਕਾਲ ਜੀ, ਵੈਲਕਮ ਆ ਜੀ ਤੁਹਾਡਾ ਆਪਣੇ ਚੈਨਲ ਬੀ ਸਟਾਈਲਿਸ਼ 'ਤੇ। ਅਤੇ ਅੱਜ ਆਪਾਂ ਫਿਰ ਤੁਹਾਡੇ ਨਾਲ ਕੁਛ ਰੈਡੀ ਪੀਸਿਸ ਸ਼ੇਅਰ ਕਰ ਰਹੇ ਹਾਂ। ਜਿਵੇਂ ਕਿ ਸਾਨੂੰ ਕੋਈ ਵੀ ਆਰਡਰ ਆਉਂਦਾ ਜੀ, ਅਸੀਂ ਉਹਦੇ ਨਾਲ ਦਾ ਜਿਹੜਾ ਸੂਟ ਬਣਾ ਦਿੰਦੇ ਹਾਂ। ਕਈ ਵਾਰੀ ਜਿਹੜਾ ਮੈਜ਼ਰਮੈਂਟ ਹੁੰਦਾ ਉਨੀ ਕੀ ਰਹਿ ਜਾਂਦਾ ਹੈਗਾ, ਸੋ ਫਿਰ ਸਾਨੂੰ ਦੁਬਾਰਾ ਸੂਟ ਆ ਜਿਹੜਾ ਰੈਡੀ ਕਰਨਾ ਪੈਂਦਾ। ਸੋ ਉਸ ਤਰ੍ਹਾਂ ਦੇ ਸੂਟਸ ਆ ਜਿਹੜੇ ਸਾਡੇ ਕੋਲ ਰੈਡੀ ਪਏ ਹੈਗੇ ਆ, ਅਤੇ ਤੁਸੀਂ ਉਹ ਬੈਨੀਫਿਟ ਲੈ ਸਕਦੇ ਹੋ। ਤੁਸੀਂ ਜਿਵੇਂ ਇਹ ਸੂਟ ਹੈਗਾ ਜੀ, ਇਹ ਪਿਓਰ ਦੇ ਉੱਪਰ ਬਣਿਆ ਹੋਇਆ ਸੂਟ ਹੈ। ਇਹ ਦੇਖੋ ਬਹੁਤ ਹੀ ਪਿਆਰਾ ਸ਼ੇਡ ਹੈ। ਸੋ ਇਹ ਜਿਵੇਂ ਤੁਸੀਂ ਦੇਖਿਆ ਹੋਣਾ, ਇਹ ਦੇਖੋ ਇਹ ਬਹੁਤ ਹੀ ਪਿਆਰਾ ਸ਼ੇਡ ਹੈ। ਜਿਵੇਂ ਇਸ ਤਰ੍ਹਾਂ ਇੱਥੇ ਸਹੀ ਆ ਰਿਹਾ, ਜਦੋਂ ਆਪਾਂ ਨੇੜੇ ਕਰਦੇ ਹਾਂ ਤਾਂ ਕਲਰ ਆ ਜਿਹੜਾ ਡੱਲ ਹੋ ਜਾਂਦਾ। ਉੱਪਰ ਤੱਕ ਫਲਾਰ ਹੈਗੇ ਆ, ਇਹਨਾਂ ਦਾ 25 ਘੇਰੇ ਤੱਕ ਇਹ ਸੈੱਟ ਹੋ ਜੂਗਾ। 22 ਤੋਂ 25, 22 ਘੇਰਾ ਵੀ ਬਣਾ ਸਕਦੇ ਹੋ, 45 ਲੈਂਥ ਤੱਕ ਵੀ, 46 ਲੈਂਥ ਤੱਕ ਤੁਸੀਂ ਕਰ ਸਕਦੇ ਹੋ। ਸੋ ਇਸ ਤਰ੍ਹਾਂ ਇਹਦੇ ਜਿਹੜੀ ਸਟਰੇਟ ਬੋਟਮ ਦੇ ਅਕੋਰਡਿੰਗ ਇਹ ਜਿਹੜਾ ਵਰਕ ਹੋਊਗਾ ਬੈਕ 'ਤੇ ਵੀ ਹੋਊਗਾ, ਔਰ ਬਾਜੂ 'ਤੇ ਵੀ ਹੋਊਗਾ। ਸੋ ਅਗਰ ਤੁਸੀਂ ਸਟਰੇਟ ਬੋਟਮ ਦੇ ਅਕੋਰਡਿੰਗ ਕਰਨਾ ਤਾਂ ਆਪਾਂ ਤੁਹਾਨੂੰ ਉਹ ਵੀ ਕਰ ਦਾਂਗੇ। ਸੋ ਇਸ ਤਰ੍ਹਾਂ ਬਾਜੂ 'ਤੇ ਜਿਹੜਾ ਵਰਕ ਹੈ ਜੀ, ਇਹ ਪਿਓਰ 'ਤੇ ਬਣਿਆ ਹੋਇਆ ਜੀ, ਕਿਉਂਕਿ ਜਿਹੜੇ ਵੀ ਪਿਓਰ 'ਤੇ ਬਣਾਉਣਾ ਚਾਹੁੰਦੇ ਆ ਜਾਂ ਕੋਈ ਵੀ ਸੂਟ ਹੈ ਤਾਂ ਤੁਸੀਂ ਇਹ ਰੈਡੀ ਸੂਟ ਆ ਜਿਹੜੇ ਲੈ ਸਕਦੇ ਹੋ। ਕਿਉਂਕਿ ਸਾਰਿਆਂ ਦੇ ਬਹੁਤ ਸਾਰੇ ਜਿਹੜੇ ਮੈਸੇਜਸ ਆਉਂਦੇ ਆ ਕਿ ਤੁਸੀਂ ਜਿਹੜਾ ਰੈਡੀ ਸੂਟਸ ਦੀ ਪਿਕਚਰਸ ਭੇਜ ਦਿਓ। ਸੋ ਇਹ ਬਲੂ ਕਲਰ ਆ ਔਰ ਚਨੌਨ ਦੁਪੱਟਾ ਜੀ, ਇਹਦੇ ਨਾਲ 4 ਸਾਈਡ ਕੱਟ ਵਰਕ ਹੈ। ਇਸ ਤਰ੍ਹਾਂ ਕੱਟ ਵਰਕ ਹੈ, ਵਿੱਚ ਫਲਾਰ ਦਿੱਤੇ ਹੋਏ ਆ। ਇਹ ਦੇਖੋ ਸਾਰੇ ਦੇ ਵਿੱਚ ਫਲਾਰ ਹੈ ਇਹਦੇ ਵਿੱਚ। ਸੋ ਇਸ ਤਰ੍ਹਾਂ ਇਹ ਫੁੱਲ ਹੈਵੀ ਹੈ ਜਿਹੜਾ ਸੂਟ ਬਣ ਜਾਂਦਾ ਜੀ, ਬਹੁਤ ਹੀ ਸੋਹਣਾ ਰੋਇਲ ਜਿਹਾ ਪੀਸ ਹੈ। ਸੋ ਤੁਸੀਂ ਇਹਨੂੰ ਐਜ਼ ਇਟ ਇਜ਼ ਆ ਜਿਹੜਾ ਪਿੱਕ ਕਰ ਸਕਦੇ ਹੋ, ਕਿਉਂਕਿ ਕਈ ਵਾਰੀ ਰਸ਼ 'ਚ ਹੋਣ ਕਰਕੇ ਅਸੀਂ ਸਾਡੇ ਕੋਲੋਂ ਜਿਹੜੇ ਇਸ ਤਰ੍ਹਾਂ ਦੇ ਸੂਟਸ ਹੈਗੇ ਆ, ਸੋ ਆਪਣੇ ਤੋਂ ਕਈ ਵਾਰ ਕਿਸੇ ਗਲਤ ਮੈਜ਼ਰਮੈਂਟ ਦਾ ਵੀ ਜਿਹੜਾ ਸਟਿੱਚ ਹੋ ਜਾਂਦਾ। ਸੋ ਫਿਰ ਆਪਾਂ ਉਹ ਤੁਹਾਡੇ ਨਾਲ ਆ ਜਿਹੜਾ ਸ਼ੇਅਰ ਕਰ ਰਹੇ ਹਾਂ। ਜਿਵੇਂ ਕਿ ਇਹ ਵੀ ਪਿਓਰ 'ਤੇ ਬਣਿਆ ਹੋਇਆ ਜੀ, ਹੈਂਡ ਵਰਕ ਦਾ ਬਹੁਤ ਹੀ ਮਸਟਰਡ ਜਿਹਾ ਕਲਰ ਹੈਗਾ ਇਹਦਾ, ਔਰ ਇਹਦੀ ਲੈਂਥ ਹੈਗੀ ਹੈ ਜੀ 44। ਜਿਹਦੀ ਵੀ ਲੈਂਥ 43-44 ਆ ਉਹ ਇਹਨੂੰ ਲੈ ਸਕਦਾ ਹੈਗਾ। ਇਹਦਾ ਗੱਲੇ ਦਾ ਡਿਜ਼ਾਈਨ 42 ਦੇ ਵੀ ਸੈੱਟ ਆਜੂਗੀ ਐਕਚੁਲੀ। ਔਰ ਇਹਦਾ ਘੇਰਾ ਜਿਹੜਾ ਹੈਗਾ ਜੀ ਉਹ ਚੌਕ ਵੀ ਬਣੇ ਹੋਏ ਆ। ਸੋ ਘੇਰੇ ਦੇ ਵਿੱਚ ਇਹਦੇ ਵਿੱਚ ਆਪਣੇ ਕੋਲ ਪੋਸੀਬਿਲਿਟੀ ਨਹੀਂ ਹੈਗੀ, 21 ਘੇਰੇ ਵਾਲਾ ਹੀ ਇਹ ਸੂਟ ਆ ਜਿਹੜਾ ਬਾਈ ਕਰ ਸਕਦਾ। ਔਰ ਉਹਨਾਂ ਦੀ ਹਿੱਪ ਵੀ ਜਿਹੜੀ, ਕਿਉਂਕਿ ਹਿੱਪ ਤੱਕ ਇਹ ਜਿਹੜਾ ਸੂਟ ਹੈ ਕੱਢਿਆ ਹੋਇਆ, ਇਹ 20 ਜਿਹੜੀ ਹਿੱਪ ਹੈ ਅਤੇ 21 ਘੇਰਾ ਹੈਗਾ ਔਰ 43 ਲੈਂਥ ਹੈ। ਸੋ ਅਗਰ 42 ਵੀ ਲੈਂਥ ਹੋਊਗੀ ਤਾਂ ਸ਼ਾਇਦ ਇਹ ਉੱਪਰੋਂ ਸੈੱਟ ਹੋ ਜੇ ਸੂਟ। 44 ਤੱਕ ਇਹ ਜਿਹੜਾ ਸੂਟ ਹੈ ਸੈੱਟ ਹੋ ਜੇਗਾ 44 ਤੱਕ। ਇਹ ਵੀ ਆਪਣੇ ਕੋਲ ਰੈਡੀ ਹੈ ਜੀ, ਪਿਓਰ 'ਤੇ ਬਣਿਆ ਹੋਇਆ ਸੂਟ ਹੈ। ਇਸ ਤਰ੍ਹਾਂ ਇਹਦੀ ਡਿਜ਼ਾਈਨਿੰਗ ਹੈ, ਬਹੁਤ ਹੀ ਪਿਆਰਾ ਦਬਕੇ ਦਾ ਕੰਮ ਹੈਗਾ। ਉੱਪਰ ਹਾਫ 'ਤੇ ਜਿਹੜੀ ਇਹਦੀ ਐਮਬਰਾਇਡਰੀ ਕੀਤੀ ਹੋਈ ਹੈ, ਉੱਪਰ ਆ ਜਿਹੜਾ ਨੈੱਕ ਦਾ ਡਿਜ਼ਾਈਨ ਹੈ। ਸੋ ਇਹ ਬਹੁਤ ਹੀ ਪਿਆਰਾ ਜਿਹਾ ਸੂਟ ਹੈ। ਸੋ ਇਹ ਵੀ ਤੁਸੀਂ, ਇਹ ਸੈਮੀ 'ਤੇ ਹੀ ਬਣਿਆ ਹੋਇਆ ਜੀ, ਪਿਓਰ 'ਤੇ ਨਹੀਂ ਬਣਿਆ, ਸੋਰੀ, ਸੈਮੀ 'ਤੇ ਹੀ ਬਣਿਆ ਹੋਇਆ ਸੂਟ ਹੈ। ਔਰ ਇਹ ਸੂਟ ਹੈਗਾ ਜੀ ਸਟਿੱਚ ਸੂਟ ਹੈਗਾ। ਸੋ ਆਪਾਂ ਤੁਹਾਨੂੰ ਇਹਦਾ ਡਿਜ਼ਾਈਨ ਦਿਖਾਉਣੇ ਆ। ਸੀ ਗ੍ਰੀਨ ਸ਼ੇਡ ਹੈਗਾ ਇਹ, ਇਹਨਾ ਕਲਰ ਆ ਜਿਹੜਾ ਕਾਫੀ ਮਤਲਬ ਟੋਨ 'ਚ ਆਉਂਦਾ ਹੈਗਾ, ਜਦੋਂ ਪਿਕਚਰ ਕਰਦੇ ਹਾਂ ਉਹਦਾ ਇਹਦਾ ਹੋਰ ਟੋਨ ਆ ਜਾਂਦੀ ਹੈ। ਰਿਐਲਿਟੀ ਦੇ ਵਿੱਚ ਇਹ ਹੋਰ ਟੋਨ 'ਚ ਹੈ। ਇਸ ਤਰ੍ਹਾਂ ਆਰੀ ਵਰਕ ਹੈ, ਥਰੈਡ ਵਰਕ ਹੈ, ਗੋਟਾ ਵਰਕ ਹੈ, ਪਿਓਰ 'ਤੇ ਇਹ ਪੀਸ ਬਣਿਆ ਹੋਇਆ। ਸੋ ਉੱਪਰ ਤੱਕ ਇਹਦੇ ਇਸ ਤਰ੍ਹਾਂ ਬੂਟੀਆਂ ਹੈਗੀਆਂ, ਬਾਜੂ ਇਸ ਤਰ੍ਹਾਂ ਕੀਤੀ ਹੋਈ ਹੈ। ਸੋ ਬੋਟਮ ਹੈਗੀ ਆ ਸਟਰੇਟ ਜੀ ਇਹਦੀ, ਔਰ
और दुपट्टा इहदा फुल हैवी दुपट्टा है। इस तरह पल्ले है डार्क लाइट का उन्होंने कंबीनेशन करवाया सी। दुपट्टे का कलर आ जिहड़ा बिल्कुल भी सही नहीं आ रहा वीडियो दे विच, बहुत ही प्यारा यह डार्क पीकॉक शेड है। सो इतने डल पीकॉक शेड आ रहा, ये डल नहीं हैगा जी, ये ब्राइट पीकॉक शेड है। सो इस तरह पल्लियां ते वर्क है, फोर साइड आ जिहड़ा इस तरह कट वर्क है और इहदे विच है जिहड़ा इस तरह सेंटर पैनल बनता है और दूसरी साइड भी यह इस तरह वर्क है। सो यह काफ़ी हैवी है जिहड़ा सूट बन जाता है और इहदा जिहड़ा मेजरमेंट हैगा ये आपां तुहानूं दस दिंदे हां, क्योंकि घेरे तो लेंथ का ही हुंदा जी, बाकी फिटिंग है जिहड़ी तुहाडे अकॉर्डिंग हो जाएगी। 43 लेंथ है इहदी, 43-44 लेंथ है इहदी और घेरा जिहड़ा 25 तक सैट हो जाऊगा। अगर तुसी घट भी करवाउणा तां तुसी घट भी करवा सकते हो, 22-23 घेरे दे अकॉर्डिंग भी सैट हो जाऊगा यह। सो क्योंकि इन्होंने थोड़ा ए शेप रखा सी तां उहदे लई आपां घेरा वड्डा कीता सी, अगर तुसी घेरा घट भी करना चाहुंदे हो तो उपरों ये स्ट्रेट हो जाएगा, कोई इहदे विच ओह नहीं हैगा क्योंकि असी एक्सट्रा वर्क करते हैं जदों 22-23 घेरे तो घट हुंदा। सो इहदे विच ओह नहीं हैगा कि और बॉटम की लेंथ है जिहड़ी जी, अगर तुहाडा 43 है तो मैनू लगता बॉटम की लेंथ है जिहड़ी वो सारयां दे सिमिलर जी आउंदी है, क्योंकि हाइट के अकॉर्डिंग उस तरह ही सारयां दा वो हुंदा। थर्टी सैवन आ जिहड़ी बॉटम की लेंथ है। सो ये तो तुसी घट भी कर सकते हैं, ये आपां तुहानूं तुहाडे प्रॉपर मेजरमेंट के अकॉर्डिंग है जिहड़ा सैट कर देंगे। सो अगर तुसी इन्हां रेडी सूट्स के विचों लैना चाहते हो तो असी तुहानूं बहुत ही डिस्काउंट रेट पर जिहड़े सूट है दे देंगे। सो तुसी ये लै सकते हो क्योंकि सारयां नूं ही बहुत जल्दी है सीजन आ जिहड़ा स्टार्ट हो चुक्या। सो आपां ये सूट है जिहड़े रेडी पए हैगे आ। सो अगर तुहानूं पसंद आउंदे तुसी मैसेज छड्ड दिओ, तुहानूं नाल दी नाल रिप्लाई होएगा और तुसी अपना सूट है जिहड़ा विदन 1 या 2 डेज़ दे विच लै सकते हो। सो इस तरह जी आपां तुहाडे नाल नवीं नवीं डिजाइनिंग है जिहड़ी शेयर करते रहेंगे। सो बने रहो मेरे चैनल बी स्टाइलिश, ते वीडियो वॉच करने लई बहुत बहुत थैंक यू जी, थैंक यू सो मच।